मेरी थोड़ी है, मैं तो मेरी थोड़ी नहीं है जी, है ना फिर ताई तू बैठा है तो तेरी नहीं है जी साडी है, सानू दुख लगदा हुण उठ आने देना, मैं तो कभी हुण ਤੁਸੀਂ ਕੀ ਚਾਹੋਗੇ ਜੀ ਚਾਹੋਗੇ ਕੀ ਸਰ ਅਸੀਂ ਤਾਲਾ ਲਾ ਕੇ ਬੈਠ ਤਾਲਾ ਲਾ ਕੇ ਜਾਣਾ ਤੁਹਾਡੇ ਕੋ ਟਾਈਮ ਹੈਗਾ ਤੁਸੀਂ ਸਾਡੇ ਨਾਲ ਖੜੇ ਰਹੋ ਇੱਥੇ ਜੇ ਨਹੀਂ ਟਾਈਮ ਹੈਗਾ ਕੋਈ ਗੱਲ ਨਹੀਂ ਹਾਂ ਅਸੀਂ ਤਾਂ ਇੱਥੇ ਤਾਲਾ ਲਾ ਕੇ ਹਿੱਲਣਾ ਸਾਨੂੰ ਐਸਐਚਓ ਬੁਲਾ ਲਵੇ ਇਵਨ ਇਵਨ ਸੀਪੀ ਵੀ ਬੁਲਾ ਲਵੇ ਅਸੀਂ ਤਾਂ ਵੀ ਨਹੀਂ ਹਿੱਲਾਂਗੇ ਅਸੀਂ ਨਹੀਂ ਹਿੱਲਾਂਗੇ ਨਾ ਕਿੱਥੇ ਚਲੇ ਗਏ ਉਹ ਸਾਡਾ ਨਵੇੜਾ ਹੋਣਾ ਚਾਹੀਦਾ ਹੁੰਦਾ ਯਾਰ ਮੇਰੀ ਜ਼ਿੰਮੇਵਾਰੀ ਨਹੀਂ ਮੇਰੀ ਗੱਲ ਸੁਣੋ ਨੌਕਰ ਤੇ ਸਾਨੂੰ ਕੱਢਣਾ ਆਂਦਾ ਹੁਣ ਅਸੀਂ ਇਹਨੂੰ ਕੱਢਾਂਗੇ ਜਦ ਮਾਲਕ ਬੋਲੇਗਾ ਤਾਂ ਵੀ ਤੋਂ ਨਿਕਲੂਗਾ ਜਾਂ ਫਿਰ ਅਸੀਂ ਇੱਥੋਂ ਤਾਲਾ ਲਾ ਕੇ ਜਾਵਾਂਗੇ ਇੰਨੀ ਹੀ ਵਫਾਦਾਰੀ ਆ ਮਾਲਕ ਦੇ ਨਾਲ ਫਿਰ ਸੜੇ ਅੰਦਰ ਹਾਂ ਲਗਾ ਦੋ ਅਸੀਂ ਤਾਂ ਤਾਲਾ ਖੋਲਾਂਗੇ ਨਹੀਂ ਫਿਰ ਤਾਲਾ ਨਹੀਂ ਅਸੀਂ ਖੁੱਲਣ ਦੇਣਾ ਇਹ ਇਹਨੂੰ ਪਹਿਲਾਂ ਮੈਂ ਵਾਰਨਿੰਗ ਦਈ ਆ ਨਹੀਂ ਤਾਲਾ ਨਹੀਂ ਮੈਂ ਖੁੱਲਣ ਦਊਂਗੀ ਕੀ ਕਹਿਣਾ ਚਾਹੋਗੇ ਸਰ ਇਸ ਬਾਰੇ ਕਿਨੇ ਅਫਸਰਾਂ ਨੇ ਬੁਲਾਇਆ ਉੱਥੇ ਜਾ ਕੇ ਗੱਲਬਾਤ ਕਰ ਸਰ ਅਸੀਂ ਨਹੀਂ ਜਾਣਾ ਕਿਤੇ ਵੀ ਸਾਡਾ ਤਾਲਾ ਲੱਗੂਗਾ ਤਾਂ ਅਸੀਂ ਜਾਵਾਂਗੇ ਅਸੀਂ ਨਹੀਂ ਜਾਵਾਂਗੇ ਉਹ ਆਪਣੇ ਓਨਰ ਬੁਲਾਵੇ ਤੇ ਇਹਨਾਂ ਨਾਲ ਗੱਲ ਕਰੇ ਉਹ ਚਮਚੇ ਜਿਹਾ ਹਰ ਵਾਰੀ ਆ ਜਾਂਦੇ ਆ ਪਿਛਲੀ ਵਾਰੀ ਵੀ ਉਹ ਆਏ ਸੀ ਦੋ ਮੈਨੇਜਰ ਹੁਣ ਵੀ ਉਹੀ ਆ ਗਏ ਗੱਲਾਂ ਕਰਕੇ ਚਲੇ ਗਏ ਆ ਤੁਹਾਨੂੰ ਆਮੋ ਸਾਹਮਣੇ ਪਾਉਂਦੇ ਆ ਜੋ ਵੀ ਪ੍ਰੋਗਰਾਮ ਸਰ ਨਹੀਂ ਉਹਨਾਂ ਨੇ ਆਣਾ ਨਹੀਂ ਆਣਾ ਕਿਉਂਕਿ ਥਾਣੇ ਲੱਗ ਗਏ ਅਸੀਂ ਨਹੀਂ ਜਾਣਾ ਇੱਥੇ ਤਾਲਾ ਲੱਗੂਗਾ ਫਿਰ ਜਾਵਾਂਗੇ ਨਹੀਂ ਲੱਗੂਗਾ ਤਾਲਾ ਮੈਂ ਮਿਸਤਰੀ ਬੁਲਾ ਕੇ ਤੇ ਕੰਦ ਕਰਾ ਲੂੰਗਾ ਫਿਰ ਇਹ ਕਰ ਲਵੇ ਜੋ ਕਰਦਾ ਮੈਂ ਨਹੀਂ ਠੇਕਾ ਖੁੱਲਣ ਦੂੰਗੀ ਮੈਂ ਮਿਸਤਰੀ ਨੂੰ ਵੀ ਫੋਨ ਕਰ ਚੁੱਕੀ ਆ ਇੱਟਾਂ ਆ ਜਾਣੀਆਂ ਅਸੀਂ ਇੱਥੇ ਕੰਦ ਕਰਾ ਦੇਣੀ ਆ ਹੁਣ ਤੁਹਾਡੀ ਵੀਡੀਓ ਬਣ ਰਹੀ ਆ ਕੋਈ ਗੱਲ ਨਹੀਂ ਸਰ ਵੀਡੀਓ ਬਣ ਰਹੀ ਆ ਮੈਂ ਕੋਈ ਗਲਤ ਨਹੀਂ ਕਹਿ ਰਹੀ ਮੇਰੇ ਕੋਲ ਸਾਰੇ ਕਾਗਜ਼ ਆ ਮੇਰੀ ਮਾਲਕੀ ਇਸ ਜਗ੍ਹਾ ਦੇ ਪੰਜਵੇਂ ਹਿੱਸੇ ਦੀ ਮੈਂ ਕੁਝ ਗਲਤ ਨਹੀਂ ਕਹਿ ਰਹੀ ਚਲੋ ਬਹਿ ਕੇ ਆਪਣਾ ਮੈਂ ਉਹਦੇ ਨਾਲ ਨਹੀਂ ਬੈਠਣਾ ਮੈਨੂੰ ਉਹਨੇ ਕਿਹਾ ਸੀ ਮੇ ਸਾਡੀ ਕੋਈ ਭੈਣ ਨਹੀਂ ਆ ਮੇਰਾ ਉਹ ਭਰਾ ਨਹੀਂ ਆ ਮੇਰਾ ਉਹ ਭਰਾ ਨਹੀਂ ਮੇਰੇ ਦੋ ਭਰਾ ਆ ਆ ਦੇਖੋ ਲਾਈਨ ਤੇ ਮੇਰੇ ਦੋ ਭਰਾ ਉਹ ਮੇਰੀ ਮਾਂ ਬਸ ਹੋਰ ਕੋਈ ਨਹੀਂ ਹੈਗਾ ਮੇਰਾ मसला ਅਸੀਂ ਤਾਂ ਤਾਲੇ ਲਾ ਕੇ ਜਾਣਾ ਅੱਜ ਇੱਥੇ ਤੇ ਇਹਨਾਂ ਨੂੰ ਲਾਈਟ ਕਿਹੜੀ ਹੈ ਅਸੀਂ ਤਾਲੇ ਸਾਨੂੰ ਇਹ ਰੋਡ ਦੇਖ ਦੇਖੋ ਦੀ ਹਾਂ ਕੰਮ ਨਹੀਂ ਦਿੱਤੀ ਹੈ ਫਿਰ ਫੈਰੀ ਜਾ ਯਾਰ ਤੁਸੀਂ ਨਹੀਂ ਫੜ ਕੇ ਲਿਆਉਣਾ ਨੀਚੇ ਕੰਮੇ ਵਾਲੀ ਇਹਦਾ ਮਸਲਾ ਵਾ ਆਫਿਸ ਮੰਨ ਕੇ ਦੋ ਕਿਸੇ ਦੀ ਯਹਾਂ ਸੇ ਕੋਰ ਦੇ ਵਿੱਚ ਇਹਨਾਂ ਦਾ ਗੇਟ ਚੱਲਦਾ ਹਾਂ ਹਾਂ ਯਾਰ ਰਾਜੀ ਉਹ ਇਹ ਤਾਂ ਕਹਿੰਦੇ ਨੇ ਕਿ ਅਸੀਂ ਆਪਣੇ ਬੇਟੇ ਨੂੰ ਬੇਦਖਲ ਕੀਤਾ ਹੋਇਆ ਵਾ ਕਾਗਜ਼ ਪੱਤਰ ਦੇਖ ਕੇ ਜੋ ਮੰਨਦੀ ਕਰ ਲਈ ਕਰਦਾ ਬਸ 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 ਨਾ ਥੋੜਾ ਖੋਲੋ